ਤੁਸੀਂ ਜ਼ਬਾਨ ਦੇ ਵਿੱਚ ਚਬਾ ਕੇ ਰੱਖ ਲਓ, ਚੁਵੇਗਾ। ਇਹਦੀ ਜੇ ਚੁਭਣ ਵਾਲੀ ਕੈਫੀਅਤ, ਇਹਦੀ ਇਹ ਜਿਹੜੀ ਖਾਸ ਕੈਫੀਅਤ ਹੈ ਨਾ, ਇਹ ਖੂਨ ਨੂੰ ਪਤਲਿਆਂ ਕਰ ਦਿੰਦੀ ਹੈ। ਇਹਦੀ ਇਹ ਖੂਬੀ ਜਿਹੜੀ, ਹਾਲਾਂਕਿ ਗਰਮ ਖੁਸ਼ਕੇਗਾ ਲੇਕਿਨ ਖੂਨ ਨੂੰ ਪਤਲਿਆਂ ਕਰ ਦਿੰਦੀ ਹੈ। ਇਹਦੀ ਜੋ ਇਹ ਖਾਸੀਅਤ ਖੂਬੀ ਰੱਖੀ ਅੱਲਾ ਨੇ, ਇਹ ਵੀ ਅਦਰਕ ਦੀ ਕੈਟਾਗਰੀ ਦੀ ਹੈ। ਇਹਦੇ ਨਾਲ ਇਹ ਵੀ ਜਿਗਰ ਨੂੰ ਤਾਕਤ, ਦਿਲ ਨੂੰ ਤਕਵੀਅਤ ਵੀ ਦਿੰਦੀ ਹੈ, ਲੇਕਿਨ ਦਿਲ ਦੀਆਂ ਸ਼ਰਿਆਨਾਂ ਨੂੰ ਖੋਲ੍ਹ ਦਿੰਦੀ ਹੈ। ਦਿਲ ਮਸਕੂਲਰ ਟਿਸ਼ੂ ਦੀਆਂ ਸ਼ਰਿਆਨਾਂ ਨੂੰ ਖੋਲ੍ਹ ਦਿੰਦੀ ਹੈਗੀ। ਵਾਲ ਵੀ, ਦਿਲ ਦੇ ਵਾਲ ਵੀ ਜਿੱਥੇ ਬੰਦ ਹੋਣ ਨਾ, ਜਾਂ ਉਹਦੀਆਂ ਕਾਰਨਰੀ ਬੰਦ ਹੋਣ, ਤਾਜ਼ੀ ਸ਼ਰਿਆਨਾ ਬੰਦ ਹੋਣ, ਅਤੇ ਇਹਨੂੰ ਦਿਓ। ਜੇ ਇਹਨੂੰ ਪਾਣੀ 'ਚ ਪਕਾ ਕੇ ਤਾਂ ਕਾਹਵਾ ਵੀ ਦੇ ਸਕਦੇ, ਜੇ ਸਬਜ਼ੀ 'ਚ ਪਕਾ ਕੇ ਦੇ ਸਕਦੇ, ਲੇਕਿਨ ਸਬਜ਼ੀ ਜੋ ਜਿਹੜਾ ਪਕਾ ਕੇ ਦਿੱਤਾ ਉਹ ਛੇਤੀ ਹਜ਼ਮ ਨਹੀਂ ਹੋਣਾ। ਕਾਹਵਾ ਬਣਾਇਆ, ਛੇਤੀ ਨਾਲ ਜਦਬ ਹੋਣਾ, ਉਹਨੇ ਫੌਰੀ ਤੁਹਾਡਾ ਅਸਰ ਕਰਨਾ। ਕੋਈ ਕੱਚੀਆਂ ਤੁਰੀਆਂ ਵੀ ਖਾਂਦਾ ਹੈ, ਕੱਚੀ ਤੁਰੀ ਅਗਰ ਤੁਸੀਂ ਨਿਗਲ ਲਵੋ ਤਾਂ ਉਹ ਹਜ਼ਮ ਨਹੀਂ ਹੁੰਦੀ, ਸਾਬਤ ਵੀ ਬਾਹਰ ਆ ਸਕਦੀ। ਜੇ ਹਾਜ਼ਮਾ ਕਿਸੇ ਦਾ ਮਜ਼ਬੂਤ ਹੈ ਤਾਂ ਫਿਰ ਹੀ ਉਹਨੇ ਟੁੱਟਣਾ ਹੈ, ਹਜ਼ਮ ਹੋਣਾ, ਵਰਨਾ ਸਾਬਤ ਹੀ ਬਾਹਰ ਲੱਗੀ ਹੁੰਦੀ ਹੁੰਦੀ, ਹਜ਼ਮ ਹੀ ਨਹੀਂ ਹੁੰਦੀ। ਅਤੇ ਉਹ ਥੋੜ੍ਹਾ ਥੋੜ੍ਹਾ ਜਦੋਂ ਵਿੱਚ ਉਹਦੇ ਇਨਜ਼ਾਈਮ ਜਾਂ ਹਾਈਡ੍ਰੋਕਲੋਰਿਕ ਐਸਿਡ ਮਿਲਣਾ ਹੈ, ਜਾਂ ਨਮਕੀਆਤ ਆਂਤਾਂ 'ਚ ਜਾ ਕੇ ਬਾਇਲ ਮਿਲਣਾ ਹੈਗਾ, ਜਾਂ ਲਬਲਬੇ ਦੀਆਂ ਰਤੂਬਤਾਂ ਮਿਲੀਆਂ, ਉਹਨੇ ਥੋੜ੍ਹਾ ਥੋੜ੍ਹਾ ਅਸਰ ਅੰਦਾਜ਼ ਕਰਨਾ, ਲੇਕਿਨ ਹੱਥੋਂ ਇਮਕਾਨ ਨੂੰ ਹਜ਼ਮ ਨਹੀਂ ਕਰ ਪਾਉਣਾ, ਕੁਛ ਨਾ ਕੁਛ ਅਸਰ ਉੱਤੇ ਰਹਿ ਜਾਣੇ। ਜੇ ਤੁਸੀਂ ਉਹਨੂੰ ਆਪਣਾ ਕਾਹਵਾ ਬਣਾਓਗੇ ਤਾਂ ਛੇਤੀ ਛੇਤੀ ਜਦਬ ਹੋਣੀ, ਦਿਲ ਵਾਸਤੇ ਬਿਹਤਰੀਨ। ਲਹਿਸਣ ਦਾ ਫਾਇਦਾ ਸਹੀ ਲੈਣ ਲਈ ਇਹਦਾ ਕਾਹਵਾ ਬਣਾ ਕੇ ਪੀਣਾ, ਕਾਹਵਾ ਬਣਾ ਕੇ ਵੀ ਸਾਲਣ 'ਚ ਵੀ ਬਹੁਤ ਜ਼ਾਇਕਾ ਬਣਦਾ ਔਰ ਤਾਕਤ ਦਿੰਦੀ ਹੈ। ਜਰਾਸੀਮ ਕੁਛ ਜਿਹੜੇ ਫਾਸਦ ਮਾਦੇ ਜਾਂ ਜਰਾਸੀਮ ਜਿਸਮ ਦੇ ਵਿੱਚ ਉਹਨਾਂ ਨੂੰ ਖਤਮ ਕਰਦਾ। ਅੱਛਾ, ਅਤੇ ਇਹਦੇ 'ਚ ਇੱਕ ਤਾਂ ਦਿਲ ਨੂੰ ਦਿੰਦੀ ਹੈ ਤਕਵੀਅਤ, ਹੋਰ ਇਹਦਾ ਕੀ ਫਾਇਦਾ? ਕਿਹਦਾ? ਇਹ ਆਪਣੇ ਲਸਣ ਦਾ, ਲਸਣ ਦੀ ਜਿਗਰ ਨੂੰ ਤਕਵੀਅਤ ਦਿੰਦੀ ਹੈ, ਜਿਗਰ ਨੂੰ ਤਕਵੀਅਤ ਦਿੰਦੀ ਹੈ, ਦਿਲ ਨੂੰ ਫਰਜ਼ ਦਿੰਦੀ ਹੈ, ਜਿਗਰ ਨੂੰ ਇਹ ਤਾਕਤ ਦਿੰਦੀ ਹੈ, ਗਲੈਂਡਸ ਨੂੰ ਇਹ ਤਾਕਤ ਦਿੰਦਾ ਹੈ। ਜਿੰਨੇ ਗਲੈਂਡ ਨੇ, ਇਹਨੇ ਹਾਰਮੋਨ ਪੈਦਾ ਕਰਨੇ ਨੇਗੇ, ਮਸਲਨ ਜਿਨਸੀ ਹਾਰਮੋਨ ਨੂੰ ਤੇਜ਼ ਕਰੇਗਾ, ਤਾਕਤ ਦੇ ਹਾਰਮੋਨ ਤੁਹਾਨੂੰ ਮੁਕਾਬਲੇ ਦੀ ਕੂਵਤ ਜ਼ਿਆਦਾ ਕਰੇਗਾ। ਇਹਦੇ 'ਚ ਉਹ ਹਾਰਮੋਨ ਨੇ ਜਿਹਨੂੰ ਸਟੀਰਾਇਡ ਵੀ ਕਹਿ ਦਿੰਦੇ ਨੇ ਅੱਜ ਕੱਲ੍ਹ, ਇਹ ਮੁਖਤਲਿਫ ਵਿਟਾਮਿਨ ਹੀ ਨੇਗੇ। ਇਹ ਵਿਟਾਮਿਨ ਦੀ ਇੱਕ ਖਾਸ ਹੈਗੀ, ਉਸ ਤਰ੍ਹਾਂ ਹੀ ਜਿਵੇਂ ਖੂਨ ਨੂੰ ਪਤਲਿਆਂ ਕਰਦਾ ਵੀ, ਇਸ ਤਰ੍ਹਾਂ ਹੀ ਗਜ਼ਾਈਅਤ ਨੂੰ ਜਾਂ ਉਹ ਸਾਡੇ ਗਲੈਂਡ ਨੂੰ ਸਟਿਮੂਲੇਟ ਕਰਕੇ ਉਹਨਾਂ ਦੀ ਰਤੂਬਤਾਂ ਨੂੰ ਹਾਰਮੋਨ ਨੂੰ ਛੁਡਾ ਦਿੰਦਾ ਹੈ ਖੂਨ 'ਚ ਸ਼ਾਮਿਲ ਕਰਕੇ, ਉਹਦੇ ਨਾਲ ਤਕਵੀਅਤ ਆ ਜਾਂਦੀ ਹੈ। ਅਤੇ ਦਿਲ ਜਿਹੜਾ ਹੈਗਾ ਇਹਦੇ ਨਾਲ ਉਹ ਫਰਦ ਵਿੱਚ ਆ ਜਾਂਦਾ ਕਿ ਉਹਨੂੰ ਉਹਦੀ ਗਜ਼ਾਈਅਤ ਵੀ ਜਾਂ ਉਹਨੂੰ ਚੀਜ਼ ਮਿਲ ਗਈ ਜਿਹੜੀ ਉਹਨੇ ਅੱਗੇ ਸਪਲਾਈ ਕਰਨੀ। ਅੱਛਾ, ਇੱਕ ਤਾਂ ਇੱਕ ਹੋ ਗਿਆ ਜਿਗਰ, ਇੱਕ ਹੋ ਗਿਆ ਦਿਲ, ਇਹਨਾਂ ਨੂੰ ਇਹ ਤਾਕਤ ਦਿੰਦਾ, ਗਲੈਂਡਸ ਨੂੰ ਤਾਕਤ ਦਿੰਦਾ, ਹੋਰ ਇਸ ਤੋਂ ਇਲਾਵਾ ਇਹ ਕਿਹੜੇ ਮਤਲਬ ਹੈ ਕਿ ਇਹਨੂੰ ਆਮ ਜਿਵੇਂ ਕੱਚੀ ਤੁਰੀ ਜਾਂ ਕਹਿਵਾ ਬਣਾ ਕੇ ਪੀਣ, ਅਤੇ ਉਹਦੇ ਨਾਲ ਕਿਸ ਕਿਸ ਜਿਸਮ ਖਾਸ ਕਰਕੇ ਦਿਲ ਦੇ ਅਮਰਾਦ ਨੂੰ ਬਿਹਤਰੀਨ ਹੈ। ਹਾਂ, ਦਿਮਾਗ ਜਿਹੜਾ ਵਗ ਆਪਣਾ ਗੁੜ ਪਾਉਣ ਦੀ ਲੋੜ ਹੋਏਗੀ ਜਾਂ ਨਹੀਂ? ਪਾ ਵੀ ਸਕਦੇ ਜੀ, ਬਿਲਕੁਲ ਸ਼ੱਕਰ ਗੁੜ ਪਾ ਦਿਓ, ਤਾਂ ਹੀ ਜ਼ਾਇਕੇ ਦਾ ਮੁਤਾਬਕ ਹੋਏਗਾ ਨਾ, ਇਨਸਾਨ ਪੀ ਲਏਗਾ। ਜੇ ਉਸ ਤਰ੍ਹਾਂ ਵੀ ਖਾਣਾ ਤਾਂ ਕਈ ਉਸ ਤਰ੍ਹਾਂ ਵੀ ਖਾ ਜਾਂਦੇ ਨੇ, ਲਾਲ ਮਿਰਚਾਂ ਖਾ ਜਾਂਦੇ ਚਬਾ ਕੇ, ਹਰੀ ਮਿਰਚ ਖਾ ਜਾਂਦੇ, ਉਹਨੂੰ ਪਤਾ ਹੀ ਨਹੀਂ ਲੱਗਦਾ। ਯਾਨੀ ਉਹਨਾਂ ਦਾ ਹਾਜ਼ਮਾ ਜਾਂ ਉਹਨਾਂ ਦੇ ਜ਼ਾਇਕਾ ਜਿਹੜਾ ਇੰਨਾ ਕੁ ਉਹਨਾਂ ਨੂੰ ਬਰਦਾਸ਼ਤ ਕਰਦਾ, ਜੋ ਡਿਮਾਂਡ ਹੁੰਦੀ ਹੈ। ਨਸ਼ੇ ਵਾਲਾ ਆਦਮੀ ਹੈ, ਉਹਨੂੰ ਫਿਊਨ ਖਾਂਦਾ ਵੇਗਾ, ਉਹਨੂੰ ਜਿੰਨਾ ਚਿਰ ਨਾ ਮਿਲਿਓ, ਬਲਕਿ ਉਦੋਂ ਤੋਂ ਵੀ ਹਾਈਵੇ ਜਾ ਕੇ ਉਹਦੀ ਪਿਊਰੀਫਾਈ ਸ਼ਕਲਾਂ ਜਿਹੜੀਆਂ ਨੇਗੀਆਂ ਉਹਨਾਂ ਨੂੰ ਵੀ ਛੱਡਦਾ ਹੈਗਾ। ਇਸ ਤਰ੍ਹਾਂ ਉਹ ਲਾਗੂ ਹੋ ਜਾਂਦਾ ਨਾ, ਇਸ ਤਰ੍ਹਾਂ ਇਹ ਚੀਜ਼ਾਂ ਵੀ ਜਿਹੜੀਆਂ ਨੇ ਤਕਵੀਅਤ ਦਿੰਦੀਆਂ। ਠੀਕ,